ਪੁਲਿਸ ਵਾਲੇ ਪੇਂਡੂ ਭਰਤੀ ਹੋਏ ਨੇ ਕਿ ਮੈਂ ਆਇਆ ਹੱਥ ਸਿਪਾਹੀਆਂ ਦੇ ਇੱਕ ਸ਼ਹਿਰੀ ਪੇਂਡੂ ਭਾਈਆਂ ਦੇ ਮੈਨੂੰ ਪੁੱਛਿਆ ਕਿੱਥੇ ਰਹਿੰਦੇ ਹੋ ਵਾਹ 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 ਕਿਹੜੇ ਸੱਜਣਾ ਦੇ ਵਿੱਚ ਬਹਿੰਦੇ ਹੋ ਮੈਨੂੰ ਪੁੱਛਿਆ ਕਿੱਥੇ ਰਹਿੰਦੇ ਹੋ ਕਿਹੜੇ ਸੱਜਣਾ ਦੇ ਵਿੱਚ ਬਹਿੰਦੇ ਹੋ ਕੀ ਤੁਹਾਡਾ ਪੀਣਾ ਖਾਣਾ ਹੈ ਤੁਹਾਨੂੰ ਲੱਗਦਾ ਕਿਹੜਾ ਠਾਣਾ ਮੈਨੂੰ ਵੇਖਣ ਵਾਂਗ ਕਸਾਈਆਂ ਦੇ ਮੈਂ ਆਇਆ ਹੱਥ ਸਿਪਾਹੀਆਂ ਦੇ ਇੱਕ ਸ਼ਹਿਰੀ ਪੇਂਡੂ ਭਾਈਆਂ ਦੇ ਮੈਂ ਵੇਖਾਂ ਵਾਂਗਰ ਬਾਲਾਂ ਦੇ ਕੀ ਦਿਆਂ ਜਵਾਬ ਸਵਾਲਾਂ ਦੇ ਮੈਂ ਵੇਖਾਂ ਵਾਂਗਰ ਬਾਲਾਂ ਦੇ ਕੀ ਦਿਆਂ ਜਵਾਬ ਸਵਾਲਾਂ ਦੇ ਮੈਂ ਕਿਹਾ ਮੈਂ ਕੰਮ ਜੁੱਤੀਆਂ ਦਾ ਕਰਨਾ ਵਾ ਖੁਸ਼ੀਆਂ ਦੇ ਫੰਕਸ਼ਨ ਫੜਨਾ ਵਾ ਉਹ ਪਤੇ ਪੁੱਛਣ ਫਿਰ ਬਾਈਆਂ ਦੇ ਮੈਂ ਆਇਆ ਹੱਥ ਸਿਪਾਹੀਆਂ ਦੇ ਉਹਨੇ ਵੇਖ ਲਿਆ ਨਾ ਵੀ ਫੰਕਸ਼ਨ ਕਰਦਾ ਇਹਨੂੰ ਪਤਾ ਹੋਣਾ ਵੀ ਕਿੱਥੇ ਕਿੱਥੇ ਬਾਈਆਂ ਦੇ ਉਹ ਪਤੇ ਪੁੱਛਣ ਫਿਰ ਬਾਈਆਂ ਦੇ ਮੈਂ ਆਇਆ ਹੱਥ ਸਿਪਾਹੀਆਂ ਦੇ ਇੱਕ ਸ਼ਹਿਰੀ ਪੇਂਡੂ ਭਾਈਆਂ ਦੇ ਵਾਹ 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 ਤੇ ਮੂੰਹ ਨਾਲ ਸਰਾਇਕੀ ਬੋਲਦੇ ਸੀ ਹੱਥਾਂ ਨਾਲ ਜੇਬਾਂ ਫੋਲਦੇ ਸੀ ਮੂੰਹ ਨਾਲ ਸਰਾਇਕੀ ਬੋਲਦੇ ਸੀ ਹੱਥਾਂ ਨਾਲ ਜੇਬਾਂ ਫੋਲਦੇ ਸੀ ਕੀ ਬਾਤ ਸਿਗਰਟਾਂ ਦੀ ਡੱਬੀ ਖੋਲਦੇ ਸੀ ਰੱਬ ਜਾਣੇ ਉਹ ਕੀ ਟੋਲਦੇ ਸੀ ਵੇਖਣ ਡਿਆ ਸੀ ਵੀ ਕਦੋਂ ਚਰਚ ਨਿਕਲਿਆ ਢੇਲੀ ਸਿਗਰਟਾਂ ਦੀ ਡੱਬੀ ਖੋਲਦੇ ਸੀ ਰੱਬ ਜਾਣੇ ਉਹ ਕੀ ਟੋਲਦੇ ਸੀ ਆਹਾ ਤੇ ਉਤੋਂ ਕਹਿੰਦਾ ਹੋਏ ਅਸੀਂ ਰਾਖੇ ਖੜੇ ਆ ਰਾਈਆਂ ਦੇ ਮੈਂ ਆਇਆ ਹੱਥ ਸਿਪਾਹੀਆਂ ਦੇ ਤੇ ਮੈਨੂੰ ਹੁਣ ਬੜੀ ਟੌਰ ਨਾਲ ਕਹਿਣ ਡਿਆ ਵੀ ਸਾਡੇ ਨਾਲ ਚੱਲਣਾ ਠਾਣੇ ਆ ਜਾਂ ਇੱਥੇ ਹੀ ਮੁੱਕ ਮਕਾਣੇ ਆ ਸਾਡੇ ਨਾਲ ਚੱਲਣਾ ਠਾਣੇ ਆ ਜਾਂ ਇੱਥੇ ਹੀ ਮੁੱਕ ਮਕਾਣੇ ਆ ਸਾਡਾ ਅਫਸਰ ਵਾਹਵਾ ਕੌੜਾ ਏ ਉਹਨੇ ਜਾਂਦਿਆਂ ਹੀ ਕਰਨਾ ਚੌੜਾ ਏ ਅਸੀਂ ਮਿੱਠੇ ਵਾਂਗ ਹਲਵਾਈਆਂ ਦੇ ਮੈਂ ਆਇਆ ਹੱਥ ਸਿਪਾਹੀਆਂ ਦੇ ਇੱਕ ਸ਼ਹਿਰੀ ਪੇਂਡੂ ਮੈਂ ਉਹਨੂੰ ਕਿਹਾ ਬਾਤਾਂ ਬੁੱਝਣ ਵਾਲੀਆਂ ਪਾਉਂਦੇ ਹੋ ਸਮਝੇ ਨੂੰ ਕੀ ਸਮਝਾਉਂਦੇ ਹੋ ਬਾਤਾਂ ਬੁੱਝਣ ਵਾਲੀਆਂ ਪਾਉਂਦੇ ਹੋ ਸਮਝੇ ਨੂੰ ਕੀ ਸਮਝਾਉਂਦੇ ਹੋ ਕੀ ਮੇਰੇ ਕੋਲੋਂ ਲੈਣਾ ਜੇ ਕੀ ਹਿੱਸਾ ਪੱਤੀ ਪੈਣਾ ਜੇ ਫਿਰ ਮੈਂ ਉਹਨਾਂ ਨੂੰ ਜੋ ਦਿੱਤਾ ਉਹਨੇ ਨਾਲ ਦਿਆਂ ਨੂੰ ਮੂੰਹ ਪੈ ਗਿਆ ਲੂਣੀ ਕੁਲਫੀ ਨੂੰ ਹੁਣ ਛੱਡਣਾ ਪੈ ਗਿਆ ਜ਼ੁਲਫੀ ਨੂੰ ਲੱਭੋ ਬੋਤਲ ਨਾਲ ਖਤਾਈਆਂ ਦੇ ਮੈਂ ਆਇਆ ਹੱਥ ਸਿਪਾਹੀਆਂ ਦੇ।